ਹੈਲੋ ਦੋਸਤੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਕਾਰਦੀਪ ਸਿੰਘ ਵਿੱਚ। ਅਤੇ ਅੱਜ ਅਸੀਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ, ਜਿਹਦੇ ਵਿੱਚ ਦੱਸਾਂਗੇ ਆਪਾਂ ਬਜਾਜ ਕੰਪਨੀ ਵਿੱਚ ਇਨਸ਼ੋਰੈਂਸ ਕਿੱਦਾਂ ਅਪਲਾਈ ਕਰ ਸਕਦੇ। ਜੇ ਵੀਡੀਓ ਚੰਗੀ ਲੱਗੇ ਲਾਈਕ ਕਰ ਦੇਣਾ, ਚੈਨਲ ਸਬਸਕ੍ਰਾਈਬ ਕਰ ਦੇਣਾ। ਚਲੋ ਕਰਦੇ ਹਾਂ ਵੀਡੀਓ ਸਟਾਰਟ। ਠੀਕ ਹੈ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣਾ ਡਿਜੀਟਲ ਸੇਵਾ ਪੋਰਟਲ ਲੌਗਇਨ ਕਰ ਲੈਣਾ। ਲੌਗਇਨ ਕਰਨ ਤੋਂ ਬਾਅਦ ਆਪਣੀ ਇਨਸ਼ੋਰੈਂਸ ਵਾਲੀ ਆਪਸ਼ਨ 'ਤੇ ਕਲਿੱਕ ਕਰਨਾ। ਇਨਸ਼ੋਰੈਂਸ ਵਾਲੀ ਆਪਸ਼ਨ 'ਤੇ ਕਲਿੱਕ ਕਰਨ ਪਰ ਮੋਟਰ ਥਰਡ ਪਾਰਟੀ ਵਹੀਕਲ 'ਤੇ ਕਲਿੱਕ ਕਰਦੇ ਹਾਂ। ਤੁਹਾਨੂੰ ਤੁਹਾਡੇ ਸਾਹਮਣੇ ਪਹਿਲੀ ਆਪਸ਼ਨ ਆ ਰਹੀ ਹੈ ਬਜਾਜ ਮੋਟਰ ਥਰਡ ਵਹੀਕਲ 'ਤੇ ਆਪਾਂ ਕਲਿੱਕ ਕਰਨਾ। ਕਲਿੱਕ ਕਰਨ ਤੋਂ ਬਾਅਦ ਲੌਗਇਨ ਵਿਦ ਡਿਜੀਟਲ ਸੇਵਾ ਕਨੈਕਸ਼ਨ 'ਤੇ ਕਲਿੱਕ ਕਰ ਦੇਣਾ ਜੀ। ਆਪਣੀ ਲੌਗਇਨ ਹੋ ਗਈ, ਠੀਕ ਹੈ। ਲੌਗਇਨ ਹੋਣ ਤੋਂ ਬਾਅਦ ਤੁਸੀਂ ਆਹ ਵੇਖ ਸਕਦੇ ਜੀ ਆਪਣੇ ਬਹੁਤ ਸਾਰੀਆਂ ਆਪਸ਼ਨ ਆ ਰਹੀਆਂ ਵਾ। ਠੀਕ ਆ ਜੀ, ਸਭ ਤੋਂ ਪਹਿਲਾਂ ਇੱਥੋਂ ਤੁਸੀਂ ਟੂ ਵੀਲਰ ਦੀ ਵੀ ਟੂ ਵੀਲਰ ਦੀ ਥਰਡ ਪਾਰਟੀ ਇਨਸ਼ੋਰੈਂਸ ਕਰ ਸਕਦੇ ਹੋ। ਫੁੱਲ ਇਨਸ਼ੋਰੈਂਸ, ਥਰਡ ਪਾਰਟੀ ਕਾਰ ਦੀ ਇਨਸ਼ੋਰੈਂਸ, ਕਾਰ ਦੀ ਫੁੱਲ ਇਨਸ਼ੋਰੈਂਸ, ਕਮਰਸ਼ਲ ਵਹੀਕਲ ਦੀ ਇਨਸ਼ੋਰੈਂਸ, ਠੀਕ ਹੈ, ਟਰੈਕਟਰ ਦੀ ਫੁੱਲ ਅਤੇ ਫੁੱਲ ਇਨਸ਼ੋਰੈਂਸ, ਠੀਕ ਹੈ ਜੀ, ਟਰੈਕਟਰ ਜਾਂ ਆਟੋ ਦੀ ਥਰਡ ਪਾਰਟੀ ਇਨਸ਼ੋਰੈਂਸ, ਟੂ ਵੀਲਰ ਫਸਟ ਪਹਿਲੀ ਜੋ ਫਸਟ ਪਾਰਟੀ ਸਭ ਤੋਂ ਪਹਿਲੀ ਹੁੰਦੀ ਆ ਉਹ ਵਾਲੀ ਇਨਸ਼ੋਰੈਂਸ, ਠੀਕ ਆ। ਨਿਊ ਪ੍ਰਾਈਵੇਟ ਕਾਰਡ, ਪ੍ਰਾਈਵੇਟ ਕਾਰ ਫਸਟ ਪਾਰਟੀ ਇਨਸ਼ੋਰੈਂਸ, ਠੀਕ ਹੈ ਜੀ। ਐਗਰੀਕਲਚਰ ਟਰੈਕਟਰ ਸਭ ਤੋਂ ਪਹਿਲੀ ਫਸਟ ਇਨਸ਼ੋਰੈਂਸ, ਠੀਕ ਹੈ ਜੀ। ਸੀ ਐੱਸ ਸੀ ਵੀ ਐੱਲ ਈ ਰੀਨਿਊ ਜੋ ਪਿਛਲੀਆਂ ਪੋਲਿਸੀਆਂ ਪਰ ਰੀਨਿਊ ਕਰ ਸਕਦੇ ਹਾਂ। ਲੌਂਗ ਟਰਮ ਪ੍ਰਾਈਵੇਟ ਪੈਕੇਜ, ਠੀਕ ਹੈ ਜੀ। ਪ੍ਰਾਈਵੇਟ ਕਾਰ ਓਡੀ ਓਨਲੀ ਪੋਲਿਸੀ, ਵੇ ਟੂ ਵੀਲਰ ਓਡੀ ਪੋਲਿਸੀ, ਠੀਕ ਹੈ। ਪੋਲਿਸੀ ਡਾਊਨਲੋਡ, ਪੀ ਡੀ ਐੱਫ ਡਾਊਨਲੋਡ, ਟ੍ਰਾਂਜੈਕਸ਼ਨ ਰਿਪੋਰਟ, ਓਪਨ ਸੇਵ ਪ੍ਰਪੋਜ਼ਲ, ਠੀਕ ਹੈ ਜੀ। ਇੱਥੇ ਤੁਸੀਂ ਵੇਖ ਸਕਦੇ ਸਭ ਤੋਂ ਪਹਿਲਾਂ ਆਪਾਂ ਟੂ ਵੀਲਰ 'ਤੇ ਕਲਿੱਕ ਕਰਾਂਗੇ, ਠੀਕ ਹੈ। ਟੂ ਵੀਲਰ 'ਤੇ ਕਲਿੱਕ ਕਰਨ ਤੋਂ ਬਾਅਦ, ਠੀਕ ਹੈ ਜੀ, ਹਾਂਜੀ, ਟੂ ਵੀਲਰ 'ਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਆਪਾਂ ਰਜਿਸਟ੍ਰੇਸ਼ਨ ਨੰਬਰ, ਰਜਿਸਟ੍ਰੇਸ਼ਨ ਨੰਬਰ ਡਾਲਾਂਗੇ, ਠੀਕ ਹੈ ਜੀ। ਰਜਿਸਟ੍ਰੇਸ਼ਨ ਨੰਬਰ ਪਾਉਣ ਤੋਂ ਬਾਅਦ, ਠੀਕ ਹੈ ਜੀ, ਆਪਾਂ ਇੱਥੇ ਕਲਿੱਕ ਕਰਾਂਗੇ। ਕਲਿੱਕ ਕਰਨ ਤੋਂ ਬਾਅਦ ਆਪਾਂ ਪਹਿਲਾਂ ਕੰਪਨੀ ਸਿਲੈਕਟ ਕਰਾਂਗੇ ਜਿਹੜੀ ਕੰਪਨੀ 'ਚੋਂ ਆਪਾਂ ਇਨਸ਼ੋਰੈਂਸ ਅਪਲਾਈ ਕਰਨੀ ਆ, ਠੀਕ ਹੈ ਜੀ। ਇਨਸ਼ੋਰੈਂਸ ਫਿਰ ਆਪਾਂ ਉਹਦੀ ਅੱਗੋਂ ਗਾਂਹ ਕਰਾਂਗੇ ਉਹ ਕਿਹੜੀ ਆ, ਠੀਕ ਹੈ ਜੀ। ਕਰਨ ਤੋਂ ਬਾਅਦ, ਠੀਕ ਹੈ, ਤੁਸੀਂ ਇੱਥੇ ਨੋ ਕਰ ਦੇਣਾ। ਨੋ ਕਰਨ ਤੋਂ ਬਾਅਦ ਤੁਸੀਂ ਵੇਖ ਸਕਦੇ ਜੇ ਆਪਣੀ 887 ਰੁਪਏ ਇਨਸ਼ੋਰੈਂਸ ਆ ਗਈ ਆ। ਪਿੰਨ ਕੋਡ ਡਾਲਾਂ, ਚੈਸੀ ਨੰਬਰ ਡਾਲਾਂ, ਇੰਜਨ ਨੰਬਰ ਡਾਲਣ ਤੋਂ ਬਾਅਦ ਤੁਸੀਂ ਰਜਿਸਟ੍ਰੇਸ਼ਨ ਡੇਟ ਪਾ ਦੇਣੀ, ਠੀਕ ਹੈ ਜੀ। ਠੀਕ ਹੈ ਜੀ, ਫਿਰ ਆ ਥੱਲੇ ਦੀ ਆਪਸ਼ਨ ਆ ਸਕਦੀ ਹੈ। ਫਿਰ ਆਪਾਂ ਪਰਸਨ ਦਾ ਫਸਟ ਨੇਮ ਪਾਉਣਾ, ਮਿਡਲ ਨੇਮ ਹੈਗਾ ਤਾਂ ਪਾ ਸਕਦੇ, ਨਹੀਂ ਤਾਂ ਛੱਡ ਸਕਦੇ ਜੇ। ਲਾਸਟ ਨੇਮ ਪਾਉਣ ਤੋਂ ਬਾਅਦ ਮੋਬਾਈਲ ਨੰਬਰ, ਈਮੇਲ ਆਈ ਡੀ ਡਾਲਣ ਤੋਂ ਬਾਅਦ ਉਹਨਾਂ ਐਡਰੈਸ ਕਰਕੇ, ਠੀਕ ਹੈ ਜੀ। ਮੁੜ ਕੇ ਤੁਸੀਂ ਆਪਣੀ ਇੱਕ ਵਾਰ ਡਿਟੇਲ ਚੈੱਕ ਕਰ ਲੈਣੀ। ਡਿਟੇਲ ਚੈੱਕ ਕਰਨ ਤੋਂ ਬਾਅਦ ਪ੍ਰੋਸੀਡ ਪੇਮੈਂਟ, ਪੇਮੈਂਟ ਦੀ ਆਪਸ਼ਨ ਆਉਂਦੀ, ਤੁਸੀਂ ਡਿਜੀਟਲ ਸੇਵਾ ਪੋਰਟਲ ਦੇ ਥਰੂ ਆਪਣੀ ਪੇਮੈਂਟ ਕਰ ਦੇਣੀ ਹੈ ਜੀ। ਵੀਡੀਓ ਚੰਗੀ ਲੱਗੇ ਲਾਈਕ ਕਰ ਦੇਣਾ, ਚੈਨਲ ਸਬਸਕ੍ਰਾਈਬ ਕਰ ਦੇਣਾ। ਥੈਂਕ ਯੂ ਫੋਰ ਵਾਚਿੰਗ ਵੀਡੀਓ।